ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ। ਚਲੋ ਜੀ, ਜਿਹੜੀ ਪਹਿਲਾਂ ਆਪਾਂ ਵੀਡੀਓ ਪਾਈ ਤੀ ਹਨਾ ਸਿੰਪਲ ਸੂਟਾਂ ਦੀ, ਜਿਹੜੇ ਬਗੈਰ ਦੁਪੱਟਾ ਸੂਟ ਤੇ ਉਹਨਾਂ ਦੀ ਵੀਡੀਓ ਪਾਈ ਹੈ, ਤੇ ਕਿਉਂਕਿ ਉਹ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਜੀ, ਤਾਂ ਕਰਕੇ ਆਪਾਂ ਨੇ ਉਹਦੇ ਵਿੱਚੋਂ ਇਹ ਵੀਡੀਓ ਅਲੱਗ ਬਣਾਈ ਹੈ। ਵਰਾਇਟੀ ਜਿਹੜੀ ਹੈਗੀ ਸਾਰੀ ਇੱਕ ਦਿਨੇ ਆਈ ਸੀਗੀ ਆਪਣੇ ਕੋਲ, ਤੇ ਹੁਣ ਆਪਾਂ ਤੁਹਾਡੇ ਨਾਲ ਦੁਪੱਟਾ ਸੂਟ ਦੀ ਵੀਡੀਓ ਸ਼ੇਅਰ ਕਰਾਂਗੇ ਹਨਾ। ਤੇ ਜਿਹੜੇ ਕਾਟਨ ਦੁਪੱਟਾ ਸੂਟ ਹੈਗੇ ਆ ਤੇ ਪਿਓਰ ਦੁਪੱਟਾ ਹੈਗੇ ਆ, ਸਾਰੇ ਜਿਹੜੇ ਆਪਣੇ ਕੋਲ ਸੂਟਾਂ ਦੀ ਵਰਾਇਟੀ ਆਈ, ਅੱਜ ਆਪਾਂ ਉਹ ਦੁਪੱਟਾ ਸੂਟ ਦੀ ਵਰਾਇਟੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਦੇਖੋ ਜੀ, ਇਹ ਜਿਹੜੇ ਹੈਗੇ ਨੇ ਇਹ ਕਾਟਨ ਦੁਪੱਟਾ ਸੂਟ ਨੇ, ਮੈਂ ਦਿਖਾਉਣੀ ਇੱਕ ਸੂਟ ਆਪਾਂ ਤੁਹਾਨੂੰ ਖੋਲ ਦਿੰਦੇ ਹਾਂ। ਆਹ ਦੇਖੋ, ਇਹਨਾਂ ਦੇ ਬਹੁਤ ਸੋਹਣੇ ਕਲਰ ਨੇ ਜਿਹੜੇ ਹੈਗੇ, ਬਹੁਤ ਸੋਹਣੇ ਦੁਪੱਟੇ ਹੈਗੇ ਆ। ਆਪਾਂ ਇੱਕ ਸੂਟ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦੇ ਹਾਂ ਹਨਾ, ਕਿਉਂਕਿ ਖੋਲੇ ਬਿਨਾਂ ਨਹੀਂ ਪਤਾ ਲੱਗਦਾ ਜੀ। ਦੇਖੋ, ਬੜੇ ਸੋਹਣੇ ਸੂਟ ਨੇ। ਜਿਹੜਾ ਕੱਪੜਾ ਹੈਗਾ ਉਹੀ ਬਹੁਤ ਜ਼ਿਆਦਾ ਸੋਹਣਾ ਕੱਪੜਾ, ਜਿਹੜਾ ਕੱਪੜਾ ਹੈਗਾ ਬੈਸਟ ਹੈ ਜੀ। ਇਹ ਦੇਖੋ, ਇਹ ਜਿਹੜਾ ਹੈਗਾ ਫਰੰਟ ਭਾਗ, ਇਹ ਮੂਰਲਾ ਹੈਗਾ ਜੀ, ਟਾਈ ਵੱਟੀ ਬਣੀ ਹੋਈ ਹੈ, ਗਲੇ 'ਤੇ ਬਟਨ ਲੱਗੇ ਹੋਏ ਆ, ਅਤੇ ਇਹ ਵਿੱਚ ਫਲਾਵਰ ਹੈਗੇ ਆ। ਇਹ ਕਢਾਈ ਨਹੀਂ ਹੈਗੀ ਜੀ, ਪ੍ਰਿੰਟ ਹੈ, ਵਿੱਚ ਸਟੋਨ ਦਾ ਕੰਮ ਹੋਇਆ ਹੋਇਆ। ਨੀਚੇ ਦੇਖੋ ਬਾਰਡਰ ਕਿੰਨਾ ਸੋਹਣਾ, ਜਿਹੜਾ ਹੈਗਾ ਬੈਕ ਵੀ ਦਿਖਾਉਣੇ ਆ। ਇਹ ਦੇਖੋ, ਇਹ ਹੈਗਾ ਆਪਣਾ ਬੈਕ ਕਮੀਜ਼ ਦਾ, ਉੱਪਰ ਵੀ ਇੱਕ ਫਲਾਵਰ ਬਣਿਆ ਹੋਇਆ, ਤਿੰਨ ਨੀਚੇ ਬਣੇ ਹੋਏ ਨੇ। ਇਹ ਜਿਹੜੇ ਸਾਈਡ 'ਤੇ ਹੈਗੇ ਨੇ ਜੀ, ਇਹ ਵਾਲੇ ਬਾਜੂ ਨੇ, ਇਹ ਸਾਈਡ 'ਤੇ ਬਾਜੂ ਦਾ ਡਿਜ਼ਾਇਨ ਹੈ, ਮਤਲਬ ਕਿ ਬਾਹਾਂ ਦਾ ਡਿਜ਼ਾਇਨ ਹੈ ਇਹ ਸਾਈਡ 'ਤੇ, ਇਹ ਬਾਹਾਂ ਦਾ। ਇਹ ਦੇਖੋ, ਇਹ ਤਾਂ ਹੋ ਗਈ ਕਮੀਜ਼, ਇਹ ਇਹਦੀ ਹੋ ਗਈ ਸਲਵਾਰ ਜੀ, ਪਲੇਨ ਇਹਦੇ ਨਾਲ ਹੈਗੀ ਜਿਹੜੀ ਸਲਵਾਰ ਹੈ, ਸਲਵਾਰ ਵੀ ਹੈਗੀ ਜਿਹੜੀ ਵਧੀਆ ਕੱਪੜਾ ਲੱਗਿਆ ਹੋਇਆ। ਬਾਕੀ ਜਿਹੜੀ ਦੇਖਣ ਵਾਲੀ ਗੱਲ ਹੈ ਜੀ, ਇਹਨਾਂ ਦੇ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਦੁਪੱਟੇ ਨੇ। ਜਿੱਦਾਂ ਸਾਡੇ ਕੋਲ ਤਾਂ ਹੈਵੀ ਦੁਪੱਟਿਆਂ ਦੀ ਮੰਗ ਸੀਗੀ ਕਿ ਵਧੀਆ ਕਾਟਨ ਦੇ ਵੱਡੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਓ। ਇਹ ਦੇਖੋ, ਬਹੁਤ ਜ਼ਿਆਦਾ ਸੋਹਣੇ ਜਿਹੜੇ ਹੈਗੇ ਨੇ, ਕੱਪੜਾ ਵੀ ਬਹੁਤ ਜ਼ਿਆਦਾ ਬੈਸਟ ਹੈ ਜੀ, ਜਿਹੜਾ ਸੂਟ ਹੈਗੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਨੇ। ਦੇਖੋ ਕਿੰਨੇ ਸੋਹਣੇ ਖੁੱਲ੍ਹੇ ਚੌੜੇ ਇਹਦੇ ਨਾਲ ਦੁਪੱਟੇ ਹੈਗੇ ਨੇ। ਜਿੱਦਾਂ ਮਰਜ਼ੀ ਤੁਸੀਂ ਬਾਅਦ 'ਚੋਂ ਇਹਨੂੰ ਦੁਪੱਟੇ ਨੂੰ ਇਕੱਲੇ ਨੂੰ ਵੀ ਘਰੇ ਹੰਢਾਉਣ ਦੇ ਕੰਮ ਆ ਸਕਦਾ ਇਹ, ਜਿੱਦਾਂ ਮਰਜ਼ੀ ਤੁਸੀਂ ਸੂਟ ਦੇ ਨਾਲ ਲਓ ਅਤੇ ਬਾਅਦ 'ਚੋਂ ਤੁਸੀਂ ਘਰੇ ਵੀ ਹੰਢਾ ਸਕਦੇ ਹੋ। ਕਾਟਨ ਦੇ ਦੁਪੱਟੇ ਨੇ, ਵਧੀਆ ਪਿਓਰ ਕਾਟਨ ਹੈ ਇਹ ਸਾਰੀ ਜਿਹੜੀ ਹੈਗੀ। ਅਤੇ ਦੇਖੋ, ਇਹਦੇ 'ਚ ਕਾਟਨ ਦੇ ਦੁਪੱਟੇ ਆਉਣਗੇ। ਇਹ ਦੇਖੋ, ਇਹ ਕਾਟਨ ਦਾ ਸੂਟ ਹੈ, ਇਹਦੇ ਕਢਾਈ ਹੋਈ ਹੋਈ ਹੈ ਨੀਚੇ, ਜਿਹੜੀ ਘੇਰੇ 'ਤੇ ਹੈਗੀ ਇਹਦੇ ਕਢਾਈ ਹੋਈ ਹੋਈ ਹੈ। ਆਪਣੇ ਕੋਲ ਇਹ ਸਾਰੇ ਤਰ੍ਹਾਂ ਦੇ ਨੇ, ਇਹਦੇ ਉੱਤੇ ਕਢਾਈ ਨਹੀਂ ਹੈਗੀ ਜੀ, ਇਹਦੇ ਇਕੱਲਾ ਪ੍ਰਿੰਟ ਹੈ, ਸਟੋਨ ਲੱਗੇ ਹੋਏ ਆ। ਇਹਦੇ ਉੱਤੇ ਜਿਹੜੇ ਘੇਰੇ ਦੇ ਉੱਤੇ ਪ੍ਰਿੰਟ ਹੈਗਾ, ਉੱਪਰ ਕਢਾਈ ਹੋਈ ਹੋਈ ਹੈ, ਆਰੀ ਵਰਕ ਹੋਇਆ ਹੋਇਆ। ਕੱਪੜਾ ਵੀ ਜਿਹੜਾ ਹੈਗਾ ਬਹੁਤ ਸੋਹਣਾ ਹੈ, ਦੇਖੋ ਇਹ ਜੈਲੋ ਕਲਰ ਦੇ ਵਿੱਚ ਕਿੰਨਾ ਸੋਹਣਾ ਲੱਗਦਾ। ਇਹ ਜਿਹੜਾ ਹੈਗਾ ਜੀ, ਇਹ ਕਲਰ ਵੀ ਨਵਾਂ ਹੀ ਹੈ ਹਨਾ, ਬਿਲਕੁਲ ਨਵਾਂ ਜਿਹਾ ਕਲਰ ਹੈ, ਜਾਮਣੀ ਜਿਹਾ, ਲਾਈਟ ਜਾਮਣੀ ਜਿਹਾ। ਇਹ ਜਿਹੜਾ ਹੈਗਾ ਜੈਲੋ, ਇਹ ਜਿਹੜਾ ਹੈਗਾ ਜੀ ਪਿੰਕ ਕਲਰ, ਪਿੰਕ ਅਤੇ ਨਾ ਇਹ ਪਿੰਕ ਹੈ ਨਾ ਗਾਜ ਰੈੱਡ ਹੈ, ਵਿਚਾਲਲਾ ਜਿਹਾ ਕਲਰ ਹੈ ਜੀ। ਜਿਹੜੀ ਕਾਟਨ ਸੂਟ ਦੀ ਵਰਾਇਟੀ ਹੈਗੀ ਹੈ ਜੀ, ਰੇਟ ਹਨਾ, ਆਪਣੇ ਕੋਲ ਜਿਹੜੀ ਵਰਾਇਟੀ ਹੈਗੀ ਸਾਰੇ ਤਰ੍ਹਾਂ ਦੀ ਹੈ ਕਾਟਨ ਸੂਟਾਂ ਦੇ ਵਿੱਚ। ਜਿੱਦਾਂ ਕਿ ਸਸਤਾ ਮਹਿੰਗਾ ਕਾਟਨ ਦੇ ਦੁਪੱਟੇ ਨਾਲ ਸੂਟ 300 ਤੋਂ ਸਟਾਰਟਿੰਗ ਹੋ ਜਾਂਦਾ ਆਪਣੇ ਕੋਲ, ਅਤੇ ਜਿੱਦਾਂ ਇਹ ਸਿੰਪਲ ਨੇ 550, ਕੋਈ 500, ਕੋਈ 600, 650, ਜਿੱਦਾਂ ਦੀ ਵਰਾਇਟੀ ਆ ਉੱਦਾਂ ਦਾ ਹੀ ਰੇਟ ਹੈਗਾ ਜੀ। ਅਤੇ ਇਹਨਾਂ ਦਾ ਰੇਟ ਇਹੀ ਹੈਗਾ। ਵੈਸੇ ਜਿਹੜੀ ਸਟਾਰਟਿੰਗ ਰੇਂਜ ਹੈ ਉਹ ਆਪਣੇ ਕੋਲ ਸਟਾਰਟਿੰਗ ਰੇਂਜ 300 ਤੋਂ। ਇਹ ਆ ਗਿਆ ਜੀ, ਦੇਖੋ ਜਿੱਦਾਂ ਇਹ ਕਢਾਈ ਵਾਲੀ ਆਈਟਮ ਆ ਗਈ ਗਰਮੀ ਵਾਲੀ ਹੈ ਨਾ, ਇਹਦੇ ਦੇਖੋ ਗਲੇ 'ਤੇ ਵੀ ਹੋਇਆ ਹੋਇਆ ਕਢਾਈ, ਗਲੇ 'ਤੇ ਵੀ ਹੋਈ ਹੋਈ ਹੈ, ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈਗਾ। ਇਹ ਘੇਰੇ 'ਤੇ ਵੀ ਪੱਟੀ ਲੱਗੀ ਹੋਈ ਹੈ, ਇਹਦੇ ਨਾਲ ਸ਼ਫੋਨ ਦਾ ਜਿਹੜਾ ਹੈਗਾ ਦੁਪੱਟਾ। ਇਹ ਵਾਲਾ ਸੂਟ ਆਪਣਾ 550 ਦੀ ਰੇਂਜ 'ਚ ਹੈ ਜੀ, 550 ਦੀ ਰੇਂਜ 'ਚ ਹੈਗਾ ਇਹ ਸੂਟ, ਬਹੁਤ ਸੋਹਣਾ ਗਰਮੀ ਵਾਲਾ ਕੱਪੜਾ ਹੈਗਾ। ਅਤੇ ਇਹਦੇ ਨਾਲ ਦੇ ਆਪਣੇ ਕੋਲ ਬਹੁਤ ਸੂਟ ਮਿਲ ਜਾਣਗੇ। ਲਓ ਜੀ, ਜਿਹੜੇ ਕੱਟ ਵਰਕ ਦਾ ਬਹੁਤ ਜ਼ਿਆਦਾ ਹੈ ਨਾ ਟ੍ਰੈਂਡ ਹੈਗਾ, ਦੇਖੋ ਕਿੰਨਾ ਸੋਹਣਾ, ਸਾਰੇ ਸੂਟਾਂ ਦੇ ਨੀਚੇ ਜਿਹੜਾ ਹੈਗਾ ਕੱਟ ਵਰਕ ਹੋਇਆ ਹੋਇਆ, ਅਤੇ ਨਾਲ ਪਿਓਰ ਦੇ ਦੁਪੱਟੇ। ਇਹਦੇ ਵਿੱਚ ਕਲਰ ਆਪਣੇ ਕੋਲ ਬਹੁਤ ਮਿਲ ਜਾਣਗੇ, ਅੱਡੋ ਅੱਡ ਕਲਰ, ਅੱਡੋ ਅੱਡ ਡਿਜ਼ਾਇਨ। ਇਹ ਨਹੀਂ ਹੈਗਾ ਵੀ ਤੁਸੀਂ ਬੋਰ ਹੋਵੋਗੇ, ਜਿੱਦਾਂ ਦੇ ਮਰਜ਼ੀ ਆਪਣੇ ਕੋਲ ਸੂਟ ਚੱਕ ਲਓ, ਛੋਟਾ ਵੱਡਾ ਜਿਹੜਾ ਪ੍ਰਿੰਟ ਹੈਗਾ ਸਾਰਾ। ਦੇਖੋ ਇਹ ਵੱਡੇ ਪ੍ਰਿੰਟ ਦੇ ਵਿੱਚ ਹੈ, ਇਹ ਹੈਗਾ ਜਿਹੜਾ ਬਰਾਊਨ ਕਲਰ ਦਾ ਸੂਟ ਹੈ, ਇਹਦੇ ਵਿੱਚ ਪੀਚ ਕਲਰ ਦਾ ਦੁਪੱਟਾ ਹੈ। ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ, ਬਹੁਤ ਸੋਹਣਾ ਵਰਕ ਹੋਇਆ ਹੋਇਆ। ਅਤੇ ਦੇਖੋ ਇਹਦੇ ਉੱਪਰ ਘੇਰੇ ਦੇ ਵੀ ਵਰਕ ਹੋਇਆ ਹੋਇਆ ਹੈ ਨਾ। ਅਤੇ ਇਹ ਦੇਖੋ, ਇਹ ਹੈਗਾ ਬਲੈਕ, ਬਲੈਕ ਦੇ ਨਾਲ ਪਿੰਕ, ਇਹ ਵੀ ਬੜਾ ਸੋਹਣਾ ਸੂਟ ਹੈ। ਅਤੇ ਇਹ ਦੇਖੋ, ਇਹ ਹੈਗਾ ਜਿਹੜਾ
डार्क ग्रीन रंग है जी, ये मस्टर्ड कलर का दुपट्टा है। देखो किन्ना सोहना पत्तियां का जिहड़ा हैगा कट वर्क दे नाल पत्तियां का डिजाइन बनया हुआ है। देखो किन्ना ज्यादा सोहना है। जिहड़े हैगे सूट हैगे ने जी, ये कैमरिक कॉटन च बहुत वधिया कैमरिक कॉटन लगी हुई है। आ देखो ये अपने कोले अड्डो अड्ड डिजाइन कलर सारे मिल जाणगे तुहानूं। बहुत सूट ये अपने कोले पए ने। आपां इक ये तुहानूं सूट खोल के दिखा दिंदे आ। जिदा कि आ देखो यह ग्रे दे विच आ गया, यह ग्रे कलर है, ये वाला ब्लैक आ गया। देखो पिंक ये लाइट पिंक दुपट्टा लगे हुआ, ये थोड़ा जहा डार्क पिंक, ये ग्रे कलर च आ गया, ब्लैक च आ गया। आप एक सूट तुहानूं खोल के दिखाने, बहुत ज़्यादा सोहने सूट हैगे ने ये। जिहड़े दुपट्टे हैगे ने जी, ये असी स्पैशल सूट जिहड़े हैगे ने फरमैश ते तैयार कराए ने। जिहड़े पिछली बारी असी सेल करे ते थोड़े ही करे ने सूट, फिर असी वह सूट वापस करे थे। जिहड़ा हैगा ती दुपट्टे का पणा बहुत ज़्यादा घट सीगा, हुण आपां ने स्पैशल फरमैश के उत्ते पूरे खुले डुले दुपट्टे जिहड़े हैगे तैयार कराए ने। देखो सूट दिखाउणे आ मैं तुहानूं, देखो नेड़े करके कैमरा दिखाउणी आ। जिहड़ा हैगा वधिया कैमरिक च सूट है जी, जिहड़ा कैमरिक का वधिया हाई क्वालिटी का कपड़ा लग्या होया जी। इहनूं जिहड़ी हैगी तागे की कढ़ाई है, बहुत ज़्यादा सोहना कट वर्क करिया होया घेरे दे उत्ते। ते देखो आपां तुहानूं दुपट्टा खोल के दिखाउणे आ। जिहड़े दुपट्टे हैगे ने बहुत ज़्यादा, देखो पणा किन्ना चौड़ा है। जिहड़े पहलां हैगे कपड़े लैके आए थे असीं, सूट लैके आए थे जी, वो जिहड़े दुपट्टे हैगे ते सो घट चौड़े थे, सानू भी पता नहीं लग्या क्योंकि आपां दुकान दे उत्ते माड़ा माल बिल्कुल नहीं सेल करदे। जिहड़ा हैगा वधिया वधिया वरायटी सारी सेल करदे आ। देखो जिहड़ा हैगा कट वर्क किन्ना सोहना होया होया, ये कट वर्क होया हुआ है। इहदे च कलर देखो तुहानू सारे मैं दिखा ही चुकी हाँ, बहुत ज़्यादा कलर ने। जिदा ये बड़े प्रिंट के आ गया, ये छोटे प्रिंट के आ गए, यदा होर प्रिंट आ गया, यदा इस तो भी ज़्यादा बरीक प्रिंट आ गया जी, यदा भी देखो होर प्रिंट आ गया। तो ये कलर है, ये ग्रे कलर हैगा, सारे दे विच कलर मिल जाएंगे। आ ब्लैक कलर है जी, आह हैगा जी पिंक कलर, तो ये देखो किन्ना सोहना नाल कॉम्बीनेशन किया हुआ दुपट्टे का, है ना। तो स्काई ब्ल्यू दुपट्टा ये ना, ये सरदे ही है स्काई ब्ल्यू जहाँ दुपट्टा। तो ये राणी कलर का थोड़ा जहा डार्क पिंक आ गया, ये लाइट पिंक आ गया, ग्रे कलर है। चलो जी, जे थोनू साडी सूटां दी इह वीडियो वधिया लगी है तो लाइक कमेंट शेयर जरूर करो, साडी वीडियो नू करिया करो जी, है ना। तो जे साडे चैनल ते नवे हो तो प्लीज चैनल नू सबसक्राइब भी जरूर कर लियो जी, ताकि थोनू नवीं नवी सूटां दी वीडियो, है ना, थोड़े कोल साडे नोटिफिकेशन जिहड़े हैगे ने पहुँच सकन। चलो जी, सारिया नू जी मेरे वल्लों हाथ जोड़ के प्यार भरी सत श्री अकाल, जय जवान जय किसान, सदा खुश रहो जी।